ਜਦੋਂ ਆਜ਼ਾਦੀ ਦੀ ਲੜਾਈ ਲੜੀ ਜਾ ਰਹੀ ਸੀ ਨਾ, ਸਰਦਾਰ ਭਗਤ ਸਿੰਘ ਵਰਗੇ, ਸਰਦਾਰ ਕਰਤਾਰ ਸਿੰਘ ਸਰਾਭੇ ਵਰਗੇ ਵੀ ਸੀ, ਆਜ਼ਾਦੀ ਦੀ ਲੜਾਈ ਸਾਰੇ ਲੜ ਰਹੇ ਸੀ, ਪਰ ਉਹਨਾਂ ਦਾ ਪਰਸਪੈਕਟਿਵ ਸਾਰਿਆਂ ਦਾ ਵੱਖਰਾ ਵੱਖਰਾ ਸੀ। ਬਿਨਾਂ ਸਪੇਸ ਦਿੱਤੇ ਤੌਮਤਾਂ ਲਾਉਣੀਆਂ ਵੀ ਫਲਾਨਾ ਤਾਂ ਸਰਕਾਰ ਦਾ ਬੰਦਾ, ਫਲਾਨਾ ਬੀਜੇਪੀ ਦਾ ਬੰਦਾ। ਜਦੋਂ ਆਜ਼ਾਦੀ ਦੀ ਲੜਾਈ ਲੜੀ ਜਾ ਰਹੀ ਸੀ ਨਾ, ਉਦੋਂ ਨਰਮ ਖਿਆਲੀਏ ਵੀ ਸੀ ਤੇ ਗਰਮ ਖਿਆਲੀਏ ਵੀ ਸੀ। ਉਦੋਂ ਬੱਬਰ ਅਕਾਲੀ ਵੀ ਸੀ ਤੇ ਸਾਡੇ ਗਦਰੀ ਬਾਬੇ ਵੀ ਸੀ। ਉਦੋਂ ਭਗਤ ਸਿੰਘ, ਸਰਦਾਰ ਭਗਤ ਸਿੰਘ ਵਰਗੇ, ਸਰਦਾਰ ਕਰਤਾਰ ਸਿੰਘ ਸਰਾਭੇ ਵਰਗੇ ਵੀ ਸੀ ਤੇ ਗਾਂਧੀ ਵਰਗੇ ਵੀ ਸੀ। ਪਰ ਇੱਕ ਗੱਲ ਸਾਨੂੰ ਵਾਚਣੀ ਜਾਂ ਸਿੱਖਣੀ ਉੱਥੋਂ ਚਾਹੀਦੀ ਆ, ਹਰ ਬੰਦੇ ਨੇ ਇੱਕ ਦੂਜੇ ਨੂੰ ਸਪੇਸ ਦਿੱਤੀ ਹੋਈ ਸੀ। ਉਹਨਾਂ ਨੇ ਆਜ਼ਾਦੀ ਦੀ ਲੜਾਈ ਸਾਰੇ ਲੜ ਰਹੇ ਸੀ, ਪਰ ਉਹਨਾਂ ਦਾ ਪਰਸਪੈਕਟਿਵ ਸਾਰਿਆਂ ਦਾ ਵੱਖਰਾ ਵੱਖਰਾ ਸੀ। ਜੇ ਤੁਸੀਂ ਦੇਖੋ, ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਹੋਰ ਦਿੰਦਾ। ਜਦੋਂ ਮਹਾਤਮਾ ਗਾਂਧੀ ਆਜ਼ਾਦੀ ਦੀ ਲੜਾਈ ਲੜ ਰਹੇ ਸੀ, ਉਹਨਾਂ ਨੂੰ ਆਏ ਸੀ ਵੀ ਅੰਗਰੇਜ਼ਾਂ ਨੂੰ ਇਸ ਧਰਤੀ ਤੋਂ ਜਿੰਨਾ ਛੇਤੀ ਹੋ ਜਾਵੇ ਕੱਢਿਆ ਜਾਵੇ। ਔਰ ਉਵੇਂ ਹੀ ਜਦੋਂ ਸਰਦਾਰ ਭਗਤ ਸਿੰਘ ਹੋਰੇ ਲੜ ਰਹੇ ਸੀ, ਉਹਨਾਂ ਦਾ ਪਰਸਪੈਕਟਿਵ ਉਦੋਂ ਥੋੜ੍ਹਾ ਜਿਹਾ ਵੱਡਾ ਸੀ। ਉਹਨਾਂ ਦਾ ਪਰਸਪੈਕਟਿਵ ਇਹ ਸੀ ਵੀ ਅਸੀਂ ਇਕੱਲੇ ਅੰਗਰੇਜ਼ਾਂ ਨੂੰ ਨਹੀਂ ਕੱਢਣਾ, ਪਰ ਇੱਥੇ ਜਿਹੜਾ ਪੋਲੀਟੀਕਲ ਸਟਰਕਚਰ ਆ, ਪੋਲੀਟੀਕਲ ਸਿਸਟਮ ਆ, ਕਿਉਂਕਿ ਅਲੀਟ ਬੈਠਿਆ ਹੋਇਆ, ਅਸੀਂ ਉਹਨਾਂ ਨੂੰ ਵੀ ਇਸ ਪੋਲੀਟੀਕਲ ਸਟਰਕਚਰ ਦਾ ਵੀ ਫੇਰ ਬਦਲ ਕਰਨਾ, ਇਹਨੂੰ ਕੰਪਲੀਟਲੀ ਚੇਂਜ ਕਰਨਾ, ਤਾਂ ਕਿ ਇਸ ਅਲੀਟ ਨੂੰ ਇਸ ਪੋਲੀਟੀਕਲ ਸਟਰਕਚਰ ਚੋਂ ਕੱਢਿਆ ਜਾ ਸਕੇ। ਹਾਲਾਂਕਿ ਜਦੋਂ ਆਜ਼ਾਦੀ ਮਿਲੀ ਉਦੋਂ ਅਲੀਟ ਨੂੰ ਤਾਂ ਨਹੀਂ ਕੱਢਿਆ ਗਿਆ, ਬ੍ਰਿਟਿਸ਼ ਜਾਂ ਗੋਰੇ ਅਲੀਟ ਚਲੇ ਗਏ, ਸਾਡੇ ਵਾਲੇ ਅਲੀਟਾਂ ਨੇ ਕੁਰਸੀਆਂ ਸਾਂਭਲੀਆਂ। ਸੋ ਪਰਸਪੈਕਟਿਵ ਵੱਖਰੇ ਵੱਖਰੇ ਹੋ ਸਕਦੇ ਆ, ਇੱਕ ਦੂਜੇ ਨੂੰ ਸਪੇਸ ਦੇਣਾ ਸਿੱਖੀਏ ਤੇ ਇੱਕ ਮਕਸਦ ਲਈ ਅਸੀਂ ਇਕੱਠੇ ਹੋ ਕੇ ਲੜਨਾ ਸਿੱਖੀਏ। ਐਵੇਂ ਹੀ ਬਿਨਾਂ ਸਪੇਸ ਦਿੱਤੇ ਤੌਮਤਾਂ ਲਾਉਣੀਆਂ ਵੀ ਫਲਾਨਾ ਤਾਂ ਸਰਕਾਰ ਦਾ ਬੰਦਾ, ਫਲਾਨਾ ਬੀਜੇਪੀ ਦਾ ਬੰਦਾ, ਜਾਂ ਫਲਾਨਾ ਅਕਾਲੀਆਂ ਦਾ ਬੰਦਾ, ਜਾਂ ਕਾਂਗਰਸ ਦਾ ਬੰਦਾ, ਇਹਨਾਂ ਗੱਲਾਂ 'ਚ ਕੋਈ ਦਮ ਨਹੀਂ। ਅਸੀਂ ਕਦੇ ਵੀ ਫਿਰ ਜਿਹੜਾ ਮਕਸਦ ਲੈ ਕੇ ਤੁਰੇ ਹਾਂ, ਉਸ ਮਕਸਦ ਜਾਂ ਉਸ ਮੰਤਵ ਨੂੰ ਅਚੀਵ ਨਹੀਂ ਕਰ ਸਕਾਂਗੇ ਤੇ ਮਾਤ ਖਾ ਜਾਂਗੇ। ਲਿਬਰਲ ਟੀਵੀ ਪੰਜਾਬੀ।